ਬਿਹਤਰ ਇਹ ਨਹੀਂ ਕਿ ਤੁਸੀਂ ਇਹਦੇ ਅੰਦਰ ਥਰਮੋਮੀਟਰ ਲਗਾ ਦੇਵੋ ਤੇ ਜਿਵੇਂ ਟੈਂਪਰੇਚਰ ਹਾਈ ਹੁੰਦਾ ਤੁਸੀਂ ਥਰਮੋਮੀਟਰ ਤੇ ਚੈੱਕ ਕਰੋ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਪਲੜੇ ਨੇ ਉਹ ਅਪ ਕਰਨੇ ਨੇ ਅਪ ਕਰਨ ਕਰਦੇ ਹੋ ਡਾਊਨ ਕਰਨੇ ਨੇ ਡਾਊਨ ਕਰੀਂ ਇਸ ਟਾਣੂ ਦੇ ਵਿੱਚ ਤੋੜਾ ਸਾਡਾ ਵਿਕੇਗਾ 3500 ਦਾ 3500 ਦਾ ਯਾਨੀ ਕਿ 100 ਰੁਪਏ ਕਿਲੋ ਕਦੋਂ ਵਿਕੇਗਾ 100 ਰੁਪਏ ਕਿਲੋ ਤੇ ਅਗਰ ਆਪਾਂ ਤੁਹਾਡੇ ਦੀ ਗੱਲ ਕਰੀਏ ਤੇ ਅੰਦਾਜ਼ਨ ਟੋਟਲ ਕਿੰਨਾ ਖਰਚਾ ਆ ਜਾਂਦਾ

मोहम्मद इसाक ने कद्दू की फार्मिंग की हुई है यह सर्दियों और गर्मियों में कद्दू की फार्मिंग करते हैं जो गर्मियों में फार्मिंग होती है वो ओपन होती है उसमें इस तरह के टनल्स नहीं बनाए जाते लेकिन जो सर्दियों में कद्दू की काश्त की जाती है उसके अंदर ये टनल्स बनाए जाते हैं मोहम्मद इसाक ने तकरीबन ये नौ टनल्स बनाए हैं और कद्दू की फार्मिंग की हुई है अंदर ये काम कर रहे हैं हम उनके पास जाते हैं और उनसे पूछेंगे कि उन्होंने कौन सा बीज लगाया हुआ है कितने दिनों बाद ये पानी लगाते हैं कितने दिनों में ये फसल तैयार हो जाती है ये सारी डिटेल हमें इनसे लेंगे इससे पहले अगर आप इस चैनल पर नए हैं तो चैनल को आप सब्सक्राइब कर लें अच्छा मैं हर दफा ये टोडी वीडियो बनाना कद्दू की फार्मिंग ਦੇ حوالے ਨਾਲ ਤੇ ਇਸ ਵਾਰ ਤੁਸੀਂ ਟਨਲ ਦੇ ਅੰਦਰ ਕਦੂ ਕਾਸ਼ ਕੀਤਾ ਤੁਹਾਡਾ ਕਦੂ ਦੇ حوالے ਨਾਲ کافی ਜ਼ਿਆਦਾ ਤਜਰਬਾ ਹੈ ਤਾਂ ਤੁਸੀਂ ਟਨਲ ਦੇ ਅੰਦਰ ਇਹ ਜਿਹੜੀ ਫਾਰਮਿੰਗ ਹੈ ਕਿਉਂ ਕੀਤੀ ਟੂਡੇਜ਼ ਇੰਚ ਆਈਡੀਆ ਕਿਸਰਾ ਹੈ ਇਹਦਾ ਭਾਜੀ ਇਹ ਵੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈਗਾ ਸਹੀ ਮਨ ਲਓ ਮਾਤ ਅਸੀਂ ਹਰ ਬੰਦੇ ਕੋਲੋਂ ਮਸ਼ਵਰਾ ਕਰਕੇ ਅੱਗੇ ਪਿੱਛੇ ਅਸੀਂ ਟੁਰ ਫਿਰਦੇ ਸਾਨੂੰ ਕੋਈ ਸਿਦਾਰਾ ਨਹੀਂ ਦਿੰਦਾ ਇਸ ਕਾਰੋਬਾਰ ਦਾ ਠੀਕ ਹੈ ਅਸੀਂ ਇੱਕ ਦੋ ਜਣ ਮਿਲ ਮੁਲਾਤੇ ਕੋਈ ਐਸਾ ਭਰਾ ਸੀ ਜਿੰਨੇ ਸਾਨੂੰ ਥੋੜਾ ਜਿਹਾ ਰਸਤਾ ਦਿੱਤਾ ਅਸੀਂ ਉਸ ਤੋਂ ਅੱਗੇ ਆਪਣੀ ਅਕਲ ਦੇ ਮੁਤਾਬਕ ਕੰਮ ਸ਼ੁਰੂ ਕੀਤਾ ਹੈ ਅੱਛਾ ਤੁਸੀਂ ਕਿੰਨਾ ਕਦੂ ਲਾਇਆ ਹੋਇਆ ਹਾਂ ਆਸੀਂ ਕਦੋਂ ਚਾਰ ਕਨਾਲ ਆਇਆ ਚਾਰ ਕਿਨਾਲਾਂ ਤੇ ਕਿਹੜੇ ਮਹੀਨੇ ਦੇ ਅੰਦਰ ਇਹਦੀ ਤੁਸੀਂ ਕਾਸ਼ ਕੀਤੀ ਇਹਦੇ 10ਵੇਂ ਦੀ ਅਧ ਨੂੰ ਕਾਸ਼ ਕੀਤੀ ਜੀ ਯਾਨੀ ਕਿ 10ਵੇਂ ਦੀ 15 ਤਰੀਕ ਨੂੰ ਹਾਂ ਜੀ ਹਾਂ ਜੀ ਅੱਛਾ ਇੱਕ ਅਦਵਾੜਾ ਤੁਸੀਂ ਯਾਨੀ ਕਿ ਕਾਸ਼ ਕੀਤੀ ਹੈ ਤੇ ਅਦਵਾੜੇ ਦੇ ਅੰਦਰ ਤੁਸੀਂ ਕਿੰਨੀਆਂ ਖੇਲਾਂ ਪਾਈਆਂ ਨੇ ਇਹਨੀਆਂ ਖੇਲਾਂ ਪਾ ਜੀ ਦਵਾੜੇ ਦੇ ਅੰਦਰ 9 ਖੇਲਾਂ ਨੇ ਜੀ 9 ਖੇਲਾਂ ਇੱਕ ਖੇਲ ਤੋਂ ਦੂਸਰੀ ਖੇਲ ਦਾ ਜਿਹੜਾ ਫਾਸਲਾ ਹੈ ਉਹ ਕਿੰਨਾ ਰੱਖਿਆ ਤੁਸੀਂ ਉਹ ਜੀ 12 ਫੁੱਟ ਜੀ 12 ਫੁੱਟ ਹਾਂ ਜੀ ਨੋ ਖੇਲਾਂ ਤੁਸੀਂ ਬਣਾਈਆਂ ਨੇ ਹਰ ਖੇਲ ਦੇ ਉੱਤੇ ਜਿਹੜਾ ਟਨਲ ਇਹ ਬਣਾਇਆ ਹੋਇਆ ਹੈ ਜੀ ਜੀ ਇੱਕ ਟਨਲ ਦੇ ਉੱਤੇ ਜਿਹੜਾ ਛਾਪਰ ਹੈ ਉਹਦਾ ਕਿੰਨਾ ਖਰਚਾ ਹੈ ਇਹ ਛਾਪਰ ਪਾਜੀ 13 ਤੋਂ 14 ਕਿਲੋ ਇੱਕ ਟਨ ਦੇ ਉੱਤੇ ਛਾਪਰ ਹੈ ਇੱਕ ਟਨਲ ਦੇ ਉੱਤੇ 13 ਤੋਂ 14 ਕਿਲੋ 14 ਕਿਲੋ ਇੰਦੀ ਲੰਬਾਈ ਜਾਂ ਚੌੜਾਈ ਤੁਸੀਂ ਦੱਸ ਸਕਦੇ ਜੇ ਕਿ ਇੰਨੀ ਲੰਬਾਈ ਇੰਨੀ ਚੌੜਾਈ ਜੀ ਗੱਲ ਕਰਨ ਦਾ ਮੇਰਾ ਮਕਸਦ ਇਹ ਵੀ ਚੜਾਈ ਹੈ ਜਿਹੜੀ ਇਹਦੀ 22 ਫੁੱਟ ਹੈ 22 ਫੁੱਟ ਚੜਾਈ ਹੈ ਜੀ ਤੇ ਲਮਾਈ ਅੱਗੇ ਹੁਣ ਤੁਸੀਂ ਆਸ ਫੁੱਟ ਦੀਆਂ ਦੋ ਛੋਟੀਆਂ ਨੂੰ ਜੋੜ ਕੇ ਤੇ ਫਿਰ 18 ਫੁੱਟ ਬਣਾਈ ਜੀ ਜੀ ਇਸ ਰਹੀ ਨਾ ਹਾਂਜੀ ਤੇ ਇੱਕ ਜਿਹੜੀ ਛੋਟੀ ਹੈ ਹਾਂਜੀ ਇਹਦੀ ਅੰਦਾਜ਼ਨ ਕਿੰਨੀ ਕੀਮਤ ਹੈ ਇਹਦੀ ਭਾਜੀ ਕੀਮਤ ਹੈ 60 ਤੋਂ 65 ਰੁਪਏ 60 ਤੋਂ 65 ਰੁਪਏ ਤੇ ਕਿੰਨੀਆਂ ਛੋਟੀਆਂ ਲਾਈਆਂ ਆਪਾਂ 32 ਸੋਟੀਆਂ ਨੇ ਜੀ ਇੱਕ ਟਨ ਦੇ ਥੱਲੇ 32 ਸੋਟੀਆਂ ਨੇ 60 ਤੋਂ 65 ਰੁਪਏ ਦੀ ਆਉਂਦੀ ਯਾਨੀ ਕਿ 17-1800 ਰੁਪਏ ਦੀਆਂ ਇੱਕ ਖੇਲ ਤੇ ਸੋਟੀਆਂ ਲੱਗ ਜਾਂਦੀਆਂ ਜੀ 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 ਤੇ ਨਾਜ਼ਰੀਨ ਤੁਸੀਂ ਜ਼ਰਬ ਦੇ ਸਕਦੇ ਜੇ ਕਿ 9 ਖੇਲਾ ਨੇ 16 ਜ਼ਰਬ 1600 ਜ਼ਰਬ 9 ਖੇਲਾ ਯਾਨੀ ਕਿ 9 ਨਾਲ ਜ਼ਰਬ ਦੇ ਦੇ ਉਹ ਤੇ ਪੂਰੇ ਦੁਹਾੜੇ ਦੀਆਂ ਜਿਹੜੀਆਂ ਸੋਟੀਆਂ ਦੀ ਕੀਮਤ ਉਹ ਆ ਜਾਏਗੀ ਜੀ ਜੀ ਅੱਛਾ ਉਸ ਬਾਅਦ ਜਿਹੜੇ ਤੁਸੀਂ ਇਹ ਪੌਦੇ ਲਗਾਏ ਨੇ ਜੀ ਬੀਜ ਇਹਦਾ ਤੁਸੀਂ ਕਿਹੜਾ ਲਾਇਆ ਹੈ ਇਹਦਾ ਬੀਜ ਇੱਕ ਤਾਂ ਹੈਗਾ ਜੇ ਆਰੀਆ ਆਰੀਆ ਉਸ ਤੋਂ ਬਾਅਦ ਇਹ 2075 ਹੈ ਜੀ 2075 ਦੋ ਕੁਆਲਿਟੀਆਂ ਤੁਸੀਂ ਕਿਉਂ ਲਾਈਆਂ ਦੋ ਕੁਆਲਿਟੀਆਂ ਇਸ ਪਰ ਲਾਈਆਂ ਨੇ ਦਾ ਬੈਨੀਫਿਟ ਵੇਖਾਂ ਜੇ ਕਿਹੜਾ ਬਿਹਤਰੀਨ ਨੇ ਕਿਹੜਾ ਨਹੀਂ ਬਿਹਤਰੀਨ ਫਿਰ ਉਸ ਤੋਂ ਅੱਗੇ ਸਾਲ ਬੰਦਾ ਕੀਸ ਕਰਦੀ ਸੋਚਦਾ ਕਰ ਬਾਦ ਨਹੀਂ ਤੁਸੀਂ ਤਾਂ ਬੜੇ ਅਰਸੇ ਤੋਂ ਫਾਰਮਿੰਗ ਕਰ ਰਹੇ ਜੇ ਤੇ ਹਾਲੇ ਤਜਰਬਿਆਂ ਦੇ ਵਿੱਚ ਹੀ ਲੱਗੇ ਫਿਰਦੇ ਉਹਦਾ ਪਾ ਜੀ ਇਹ ਵੀ ਛੱਡ ਜਿਹੜਾ ਸੀ ਲਾਇਆ ਹੈ ਇਹ ਵੱਡਾ ਛੱਡ ਹੈ ਸਾਨੂੰ ਇਹਦਾ ਮਾਲੂਮ-ਮਾਨਦਾ ਨਹੀਂ ਪਤਾ ਨਿੱਕੇ ਛੱਡ ਦਾ ਸਾਨੂੰ ਪਤਾ ਹੈ ਵੀ ਹਲਕਾ ਵੀ ਲਾਓ ਕਾਮਯਾਬ ਹੋ ਜਾਂਦਾ ਹੈ ਯਾਨੀ ਕਿ ਪਹਿਲੇ ਛੋਟੇ ਛੱਡ ਜ ਫਾਰਮਿੰਗ ਕਰਦੇ ਰਹੇ ਜੇ ਹੁਣ ਤੁਸੀਂ ਵੱਡਾ ਛੱਡ ਲਗਾਇਆ ਹਾਂਜੀ ਹਾਂਜੀ ਅੱਛਾ ਇੱਕ ਪੌਦੇ ਤੋਂ ਦੂਸਰੇ ਪੌਦੇ ਦਾ ਜਿਹੜਾ ਫਾਸਲਾ ਹੈ ਉਹ ਤੁਸੀਂ ਕਿੰਨਾ ਰੱਖਿਆ ਉਹ ਜੀ ਡੇਢ ਫੁੱਟ ਹੋਣਾ ਚਾਹੀਦਾ ਜੀ ਡੇਢ ਫੁੱਟ ਹਾਂਜੀ ਤੇ ਆਇਆ ਕਿ ਜਦੋਂ ਤੁਸੀਂ ਡੇਢ ਫੁੱਟ ਦਾ ਫਾਸਲਾ ਰੱਖ ਕੇ ਬੀਜ ਲਗਾਉਂਦੇ ਜੇ ਕੋਈ ਮਿਸਿੰਗ ਵਿੱਚ ਹੋ ਜਾਂਦੀ ਕੋਈ ਇਸਰ ਹੁੰਦਾ ਹੈ ਕਿ ਬੀਜ ਜਿਹੜਾ ਨਹੀਂ ਉਗਰਦਾ ਤੇ ਫਿਰ ਕੀ ਤਰੀਕਾਕਾਰ ਅਪਣਾਉਂਦੇ ਹੋ ਹੋ ਜਾਂਦੇ ਭਾਈ ਹੋ ਜਾਂਦੇ ਹੁਣ ਇਹ ਵਜਾ ਜੇ 20 ਤੁਹਾਡੇ ਕੋਲ ਕੋ ਚਾਰ ਦਾਣੇ ਬਚੇ ਨੇ ਤੇ ਠੀਕ ਹੈ ਜਿੰਨੇ ਬਚੇ ਤੇ ਹੋਰ ਲਾਓ ਚਾਰ ਦਾਣੇ ਮੁੱਲ ਕਿ ਬਿਲਾ ਬਿਲਾ ਜਿੱਥੇ ਨਾਗਾ ਉੱਥੇ ਲਿਆ ਕੇ ਤੁਸੀਂ ਪਰ ਸਕਦੇ ਜੀ ਜਿਹੜਾ ਤੁਸੀਂ ਆਰੀਆ ਤੇ ਦੂਸਰਾ 575 ਦੱਸਿਆ ਜੀ 20 75 20 75 ਇਹ ਬੀਜ ਨੇ ਜਿਹੜੇ ਹਾਈਬ੍ਰਿਡ ਨੇ ਜਾਂ ਲੋਕਲ ਕੁਆਲਿਟੀ ਦੇ ਹਾਈਬ੍ਰਿਡ ਨੇ ਭਾਈ ਹਾਈਬ੍ਰਿਡ ਤੇ ਇੱਕ ਦਿਹਾੜੇ ਦੇ ਅੰਦਰ ਅਗਰ ਅਸੀਂ ਇੱਕ ਹੀ ਬੀ ਲਾਈਏ ਚਾਹ ਆਰੀਆ ਲਾ ਦੀਏ ਚਾਹ 20 75 ਲਾ ਦੀਏ ਤੇ ਉਹ ਕਿੰਨੀਆਂ ਕੁ ਥੈਲੀਆਂ ਲੱਗ ਜਾਂਦੀਆਂ ਉਹ ਭਾਈ ਤਿੰਨ ਕੋ ਥੈਲੀਆਂ ਲੱਗ ਜਾਂਦੀਆਂ ਇੱਕ ਥੈਲੀ ਦੀ ਜਿਹੜੀ ਕੀਮਤ ਹੈ ਅੰਦਾਜ਼ਨ ਕਿੰਨੀ ਹੁੰਦੀ ਉਹ ਜੀ ਹੈਗੀ 16 17 ਰੁਪਏ 1600 ਤੋਂ 1700 ਤੱਕ ਯਾਨੀ ਕਿ 16 1700 ਰੁਪਏ ਦੀ ਇੱਕ ਥੈਲੀ ਆਉਂਦੀ ਤੇ ਤਿੰਨ ਥੈਲੀਆਂ ਲੱਗਦੀਆਂ ਨੇ ਜੀ ਜੀ ਯਾਨੀ ਕਿ 5000 ਰੁਪਏ ਦਾ ਬੀਜ ਆ ਜਾਂਦਾ ਹਾਂਜੀ ਹਾਂਜੀ ਅੱਛਾ ਉਸ ਬਾਅਦ ਇਹਨੂੰ ਕੋਈ ਸਪਰੇ ਵਗੈਰਾ ਕਰਨ ਦੀ ਜ਼ਰੂਰਤ ਪੈਂਦੀ ਹਾ ਜੀ ਇਹਦਾ ਜਿਹੜਾ ਗਰਮੀ ਦੇ ਵਿੱਚ ਇਹਦਾ ਟੈਂਪਰੇਚਰ ਵੱਜ ਗੋਮੂ ਬੰਦਨੇ ਅਸੀਂ ਹਸਤਾ ਸੇ ਚੁੱਕਦੇ ਫਿਰਨੇ ਆ ਸਾਨੂੰ ਪਤਾ ਸਾਡੇ ਫਸਲ ਖਰਾਬ ਹੁੰਦੀ ਪਈ ਐ ਅੱਛਾ ਯਾਨੀ ਕਿ ਜਦੋਂ ਟੈਂਪਰੇਚਰ ਵੱਜ ਜਾਂਦਾ ਤੁਸੀਂ ਫਿਰ ਸਾਈਡਾਂ ਤੋਂ ਜਿਹੜੇ ਸ਼ਾਪਰ ਨੇ ਉਹ ਚੱਕ ਦਿੰਦੇ ਜੀ ਉਹਦੇ ਜਿਹੜਾ ਟੈਂਪਰੇਚਰ ਲੂਜ਼ ਹੋ ਜਾਂਦਾ ਜੀ ਤੇ ਬਿਹਤਰ ਇਹ ਨਹੀਂ ਕਿ ਤੁਸੀਂ ਇਹਦੇ ਅੰਦਰ ਥਰਮਾਮੀਟਰ ਲਗਾ ਦੇਵੋ ਤੇ ਜਿਵੇਂ ਟੈਂਪਰੇਚਰ ਹਾਈ ਹੁੰਦਾ ਤੁਸੀਂ ਥਰਮਾਮੀਟਰ ਤੇ ਚੈੱਕ ਕਰੋ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਪੰਲੜੇ ਨੇ ਉਹ ਅਪ ਕਰਨੇ ਨੇ ਅਪ ਕਰਨ ਕਰ ਦਿਓ ਡਾਊਨ ਕਰਨੇ ਨੇ ਡਾਊਨ ਕਰ ਦਿਓ ਆਜੀ ਇਹਨੇ ਕੋ ਵੇਖੋ ਨਾ ਟੈਂਪਰੇਚਰ ਜਿਹੜਾ ਤੁਸੀਂ ਆਨੇ ਮਸ਼ੀਨ ਲਾਜੋ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੈਗਾ ਨਹੀਂ ਸਤ ਤੁਹਾਨੂੰ ਪਤਾ ਨਹੀਂ ਹੈਗਾ ਲੇਕਿਨ ਅਸੀਂ ਤਾਂ ਤੁਹਾਨੂੰ ਦੱਸ ਰਹੇ ਹਾਂ ਨਾ ਤੁਸੀਂ ਦੱਸ ਰਹੇ ਲੇਕਿਨ ਅਸੀਂ ਆਪਦੇ ਹਿਸਾਬ ਤੇ ਵਾਦਾ ਘਾਟਾ ਸੀ ਆਪਦਾ ਕਵਰ ਘਾਟੇ ਪੈ ਸ਼ੁਕਰ ਅੱਲਾ ਮੱਲਾ ਕੋਈ ਠੀਕ ਫਸਲ ਖਲੀਏ ਕੋਈ ਏਡੀ ਮਾੜੀ ਫਸਲ ਅੱਛਾ ਕੋਈ ਅੰਦਾਜ਼ਾ ਹੈਗਾ ਕਿ ਕਿੰਨੇ ਡਿਗਰੀ ਸੈਂਟੀਗ੍ਰੇਡ ਇਹਨੂੰ ਆਪਾਂ ਟੈਂਪਰੇਚਰ ਦੇਣਾ ਹੈ ਇਹਦਾ ਜੀ 27 ਤੋਂ 28 ਦੇ ਤਕੜੇ 27 ਤੋਂ 28 ਡਿਗਰੀ ਸੈਂਟੀਗ੍ਰੇਡ ਮੈਗੂ ਟੋਡੇ ਕੋਲ ਪੈਸੇ ਵਟਨ ਨਹੀਂ ਆਇਆ لیکن اگر ਤੁਸੀਂ ਕਹੋ ਤੇ ਤੁਹਾਨੂੰ ਮੈਂ تھਰਮਾਮੀਟਰ ਲਿਆ ਦੇਵਾਂਗਾ پیسے ਤੁਸੀਂ ਮੈਨੂੰ ਦੇ ਦੇ ਆ ਜੇ ਤੇ ناظرین ਤੁਸੀਂ ਵੀ ਜਿਵੇਂ ਹਸਾਕ ਸਾਹਿਬ ਦੱਸ ਰਹੇ ਨੇ ਕਿ 27 ਤੋਂ 28 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੋਣਾ ਚਾਹੀਦਾ ਤੇ 100 ਰੁਪਏ ਦਾ थर्मामीटर ਆਉਂਦਾ ਅਗਰ ਨੌ ਖੇਲਾਂ ਲਾਈਆਂ ਨੇ ਤੇ ਨਵਾਂ ਖੇਲਾਂ ਦੇ ਅੰਦਰ ਜਾਂ ਤੁਸੀਂ ਇੱਕ ਖੇਲ ਦੇ ਅੰਦਰ ਵੀ ला ਸਕਦੇ ਜੀ ਇੱਕ ਖੇਲ ਦੇ ਅੰਦਰ ਤੁਸੀਂ थर्मामीटर ਲਗਾਓ ਉਹਦੇ ਤੋਂ ਟੈਂਪਰੇਚਰ ਚੈੱਕ ਕਰੋ ਅਗਰ ਟੈਂਪਰੇਚਰ ਹਾਈ ਹੋ ਰਿਹਾ ਤੇ ਸਾਰੀਆਂ ਖੇਲਾਂ ਜਿਹੜੇ ਪੜਦੇ ਨੇ ਉਹ ਚੁੱਕ ਦੇਵੋ اگر لو ਰਹਾ ਟੈਂਪਰੇਚਰ ਤੇ ਪੜਦੇ ਉਸੇ ਤਰ੍ਹਾਂ ਹੀ ਤੁਸੀਂ ਬੰਦ ਕਰ ਦੇਵੋ ਤਸਾਕ ਸਾਹਿਬ ਉਹਨ ਮੈਨੂੰ ਪਤਾ ਲੱਗ ਗਿਆ ਕਿ ਇੱਕ ਹੀ థਰਮਾਮੀਟਰ ਦੀ ਜ਼ਰੂਰਤ ਹੁੰਦੀ ਹੈ ਇੱਕ ਹੀ ਖੇਲ ਅੰਦਰ ਲਾ ਦਿਓ ਤੇ ਇਹ థਰਮਾਮੀਟਰ ਮੈਂ ਤੁਹਾਨੂੰ ਗਿਫਟ ਕਰਾਂਗਾ ਇਨਸ਼ਾ ਅੱਲਾਹ ਤਾਲਾ ਫਰੀ ਉਸ ਬਾਅਦ ਤੁਸੀਂ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਕਿ 10ਵੇਂ ਮਹੀਨੇ ਦੀ 15 ਤਾਰੀਖ ਨੂੰ ਇਹਦੀ ਅਸੀਂ ਕਾਸ਼ਤ ਕਾਸ਼ਤਕਾਰੀ ਕਰਦੇ ਹਾਂ ਜੀ ਜੀ ਉਸ ਬਾਅਦ ਕਿੰਨੇ ਮਹੀਨੇ ਬਾਅਦ ਇਹ ਫਸਲ ਤਿਆਰ ਹੋ ਜਾਂਦੀ ਹੈ ਯਾਨੀ ਕਿੰਨੇ ਤੋਂ ਅਸੀਂ ਪਹਿਲਾ ਫਰੂਟ ਇਹ ਉਹ ਲੈਣਾ ਸ਼ੁਰੂ ਕਰ ਦਿੰਨੇ ਆ। ਉਹ ਭਾਜੀ ਪਹਿਲੇ ਮਹੀਨੇ ਦੀ 43 4 ਨੂੰ ਲਾ ਲਓ 5 3 ਨੂੰ ਲਾ ਲਓ ਤੁਹਾਨੂੰ ਪਹਿਲਾ ਫਰੂਟ ਮਿਲਣਾ ਸ਼ੁਰੂ ਹੋ ਜਾਏਗਾ। ਪਹਿਲੇ ਮਹੀਨੇ ਦੀ 4 5 ਨੂੰ ਹਾਂਜੀ ਹਾਂਜੀ। ਯਾਨੀ ਕਿ ਇਹ ਤਾਂ ਫਿਰ ਫਸਲ ਹੀ ਸਾਰੀ 60 ਤੋਂ 65 70 ਦਿਨ ਦੀ ਹੋਈ। ਜੀ ਜੀ। ਅੱਛਾ ਉਸ ਤੋਂ ਬਾਅਦ ਇਹ ਕਿੰਨੇ ਮਹੀਨੇ ਤੱਕ ਇਹ ਫਸਲ ਚੱਲਦੀ? ਇਹਨੇ ਭਾਈ 6 ਮਹੀਨੇ ਚੱਲਣਾ ਹੈ। 6 ਮਹੀਨੇ। ਹਾਂਜੀ। 6 ਮਹੀਨੇ ਤੱਕ ਜਿਹੜੀ ਤੁਸੀਂ ਇਹਦੀ ਤੋੜਾਈ ਏ। ਜੀ। ਉਹ ਕਿੰਨੇ ਦਿਨਾਂ ਬਾਅਦ ਕਰਦੇ ਜੀ ਭਾਈ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਹੀ ਤੋੜਨਾ ਕਰਨਾ ਇੱਕ ਦਿਨ ਛੱਡ ਕੇ ਦੂਸਰੇ ਦਿਨ ਮੇਰੇ 15 ਤੜਾਈਆਂ ਆਉਣੀਆਂ ਨੇ ਜੀ 15 ਤੜਾਈਆਂ ਤੇ ਐਵਰੇਜ ਕਿੰਨੇ ਤੋੜੇ ਜਾਂ ਕਿੰਨੇ ਮਾਨ ਉਤਰਦੇ ਨੇ ਇੱਕ ਦਿਹਾੜੇ ਤੋਂ ਸਾਫ ਕਰ ਲੋ ਕਮ ਸੋ ਕਮ 30 35 ਕਿਲੋ ਵਜ਼ਨ ਹੁੰਦਾ ਇੱਕ ਤੋੜੇ ਦਾ ਇੱਕ ਤੋੜੇ ਦਾ 30 ਤੋਂ 35 ਕਿਲੋ ਵਜ਼ਨ ਹੁੰਦਾ ਤੇ 20 ਤੋੜੇ ਉਤਰਦੇ ਨੇ ਅੱਛਾ ਅਗਰ ਅਸੀਂ ਗੱਲ ਕਰੀਏ ਰੇਟ ਦੀ ਕਿਉਂਕਿ ਰੇਟ ਤਾਂ ਮਾਰਕੀਟ ਦੇ ਅੰਦਰ ਚੇਂਜ ਹੁੰਦੇ ਰਹਿੰਦੇ ਨੇ ਤੇ ਕਮਜ਼ ਕਮ ਕਿੰਨੇ ਦਾ ਤੋੜਾ ਵਿਕੇ ਤੇ ਤੁਹਾਨੂੰ ਫਾਇਦਾ ਮੰਨਦਾ ਬਾਜੀ ਸ਼ੁਰੂ ਸ਼ਟਾਣ ਦੇ ਵਿੱਚ ਤੋੜਾ ਸਾਡਾ ਵਿਕੇ ਦਾ 3500 ਦਾ 3500 ਦਾ ਯਾਨੀ ਕਿ 100 ਰੁਪਏ ਕਿਲੋ ਕਦੋਂ ਵਿਕੇਗਾ 100 ਰੁਪਏ ਕਿਲੋ ਸ਼ੁਰੂ ਸ਼ਟਾਣੇ ਵਿਕੇਦਾ ਠੀਕ ਹੈ ਉਸ ਤੋਂ ਬਾਅਦ ਇਹ ਹੌਲੀ ਹੌਲੀ ਜਿਮੀਦਾਰ ਨਿੱਕੇ ਮੋٹے ਵੱਡੇ ਛੱਡ ਸ਼ੁਰੂ ਹੋ ਜਾਂਦੇ ਨੇ ਫਿਰ ਕੋ 200000 ਦਾ ਫਰਕ ਆ ਜਾਂਦਾ ਥੱਲੇ ਫਿਰ ਵੀ ਸਾਡਾ 40 50 ਰੁਪਏ ਕਿਲੋ ਕਦੋਂ ਵੇਖਦਾ ਮੰਡੇ ਜਾ ਕੇ ਸਾਰੀਆਂ ਗੱਲਾਂ ਦਾ ਮੈਂ ਟੋਡੇ ਨਾਲ ਡਿਸਕਸ ਨਹੀਂ ਕਰ ਸਕਿਆ ਕਿਉਂਕਿ ਫਿਰ ਵੀਡੀਓ ਬਣਾਵਾਂਗੇ ਬਾਕੀ ਗੱਲਾਂ ਇਨਸ਼ਾ ਅੱਲਾਹ ਤਾਲਾ ਕੋਸ਼ਿਸ਼ ਕਰਾਂਗੇ ਕਿ ਉਹਦੇ ਅੰਦਰ ਵੀ ਅਸੀਂ ਦਸੀਏ ਜੋ ਰਹਿ ਗਈਆਂ ਨੇ ਜੀ ਤੇ ਅਗਰ ਆਪਾਂ ਦੁਹਾੜੇ ਦੀ ਗੱਲ ਕਰੀਏ ਜੀ ਤੇ ਅੰਦਾਜ਼ਨ ਟੋਟਲ ਕਿੰਨਾ ਖਰਚਾ ਆ ਜਾਂਦਾ ਖਰਚਾ ਭਾਜੀ ਨੇ ਤੇ 1 ਲੱਖ ਤੋਂ ਕੋਈ 5-10 ਹਜ਼ਾਰ ਰੁਪਏ ਆਇਆ ਭਾਈ ਯਾਨੀ ਕਿ ਇੱਕ ਦੁਹਾੜੇ ਤੇ ਜੀ ਜੀ ਤੇ ਅਗਰ ਅਸੀਂ ਇੱਕ ਕਿੱਲੇ ਦੀ ਕਾਸ਼ ਕਰਦੇ ਆਂ ਤੇ ਉਹਦੇ ਤੇ ਫਿਰ 2 ਲੱਖ ਆਪੇ ਹੋ ਜੀ ਨਹੀਂ ਤੇ ਐਵੇਂ ਨਹੀਂ ਹੁੰਦਾ ਕਿ ਅਗਰ ਅਸੀਂ ਦਵਾੜੇ ਦਾ ਕੀਤਾ ਤੇ ਉਹ ਇਹ ਕਿੱਲੇ ਤੇ ਕੋਈ ਅਖਰਾਜ ਆਦਤ ਦੇ ਜਿਹੜੀ ਉਹ ਕਮੀ ਨਹੀਂ ਆ ਜਾਂਦੀ ਉਹਨਾਂ ਤੇ ਨਹੀਂ ਆ ਜਾਈ ਨਹੀਂ ਆ ਦੇਖੋ ਇੱਕ ਕੰਮ ਵੱਡਾ ਕਰਨਾ ਤੇ ਵੱਡੇ ਖਰਚੇ ਨੇ ਦਵਾੜੇ ਦੇ ਸ਼ਾਇ ਅਸੀਂ ਉਹਨੂੰ ਪੱਟ ਕੇ ਜਾਂ ਇਸਮਾਲ ਕਿੱਲੇ ਦੇ ਅਸੀਂ ਕਿਸ ਤਰੀਕੇ ਕਰ ਸਕਦੇ ਅੱਛਾ ਇਹਦੇ ਤੇ ਜ਼ਿਆਦਾਤਰ ਕਿਹੜੀ ਬਿਮਾਰੀ ਹਮਲਾ ਕਰਦੀ ਬਾਕੀ ਜ਼ਿਆਦਾ ਤਾਂ ਜੇ ਇਹ ਤੱਬਾ ਤੋਂ ਬਾਤ ਨੂੰ ਵਿਖਾਈ ਸੀ ਅੱਗੇ ਵੀ ਆਉਣ ਵੀ ਨਜ਼ਰ ਮਾਰ ਲਓ ਇਹ ਬਿਮਾਰੀ ਜ਼ਿਆਦਾ ਨੇ ਧਿਆਨ ਦੀ ਉਹਦੇ ਵਾਸਤੇ ਸਪਰੇ ਕਿਹੜੀ ਕਰਦੇ ਉਹਦੇ ਸਪਰੇ ਜੀ ਹੈਗੀ ਆਪਣੇ ਅੰਟੀਵੋ ਮਾਰ ਲਓ ਜੀ ਐਂਟਰਾਕਲ ਮਾਰ ਲਓ ਜੀ ਸੈਨੋਫਾਸ ਮਾਰ ਲਓ ਜੀ ਇਸ ਤਰ੍ਹਾਂ ਦਵਾਈਆਂ ਨਾਲ ਅੱਛਾ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਇਹਨੂੰ ਕਿੰਨੇ ਦਿਨਾਂ ਬਾਅਦ ਲਾਣਾ ਪੈਂਦਾ ਪਾਣੀ ਪਾ ਜੀ ਜਿਸ ਲਈ ਅਸੀਂ ਇਹਨੂੰ ਕਸ਼ਤ ਕਰਨਾ ਹੈ ਅਸੀਂ ਦੋ ਪਾਣੀ ਜਿਹੜੇ 8 ਤੋਂ 10 ਦਿਨਾਂ ਦੇ ਦਰਮਿਆਨ ਚ ਕਰਨੇ ਆ ਠੀਕ ਹੈ ਉਸ ਤੋਂ ਬਾਅਦ ਅਸੀਂ ਦਾ ਪਾਣੀ ਮਹੀਨਾ ਡੇਢ ਮਹੀਨਾ ਪਾਣੀ ਸਿਲਾ ਬੰਦ ਕਰ ਦਿੰਦਾ ਮਹੀਨਾ ਡੇਢ ਮਹੀਨੇ ਬਾਅਦ ਪਾਣੀ ਲਾਉਂਦੇ ਰਹਿੰਦੇ ਅੱਛਾ ਉਸ ਤੋਂ ਬਾਅਦ ਅਕਸਰ ਮੈਂ ਜਗ੍ਹਾ ਤੇ ਦੇਖਿਆ ਕਿ ਲੋਕਾਂ ਨੇ ਥੱਲੇ ਛਾਪਰ ਪਾਇਆ ਹੁੰਦਾ ਹੈ ਜਿਵੇਂ ਤੁਸੀਂ ਤਰਬੂਜ਼ ਦੀ ਗੱਲ ਕਰ ਲਓ ਜੀ ਜੀ ਕਿ ਥੱਲੇ ਛਾਪਰ ਪਾਇਆ ਹੁੰਦਾ ਉਹਦੇ ਵਾਸਤੇ ਗੋਡੀ ਦੀ ਜ਼ਰੂਰਤ ਨਹੀਂ ਰਹਿੰਦੀ ਨਹੀਂ ਰਹਿੰਦੀ ਤੇ ਅਗਰ ਤੁਸੀਂ ਇਹ ਛਾਪਰ ਡਾਲ ਦਿੰਦੇ ਜਿਵੇਂ ਤੁਸੀਂ ਹੁਣ ਖਾਪਦੇ ਪੈ ਜੇ ਤੁਸੀਂ ਸਕੂਨ ਨਾਲ ਕਰੇ ਬੱਚਿਆਂ ਚ ਬੈਠ ਕੇ ਚਾਹ ਪੀ ਰਹਾ ਹੁੰਦਾ ਸੀ ਤੇ ਤੁਸੀਂ ਛਾਪਰ ਕਿਉਂ ਨਹੀਂ ਪਾਇਆ ਛਾਪਰ ਪਾਜੇ ਅਸੀਂ ਇਸ ਪੋਰੋਂ ਨਹੀਂ ਪਾਇਦੇ ਅਸੀਂ ਵਿਹਲੇ ਬੰਦੇ ਆ ਨਾ ਸਾਨੂੰ ਹੋਰ ਕੰਮ ਹੈ ਨਾ ਕਾਰ ਹੈ ਉਹਦੀ ਵਜ੍ਹਾ ਤੋਂ ਨਹੀਂ ਪਾਇਆ ਸਕੂਨ ਨਾਲ ਕਦੇ ਖੇੜੀ ਚੋਕੀ ਕਰੀ ਦੋ ਚੋਕੀਆਂ ਕਰਦੇ ਨਾਲ ਹਰ ਤਰ੍ਹਾਂ ਤਸਰੀਆਂ ਕਰ ਲਈ ਜਾਨੀ ਕਿ ਨਾਜ਼ਰੀਨ ਇਹਨਾਂ ਦਾ ਕਹਿਣ ਦਾ ਮਕਸਦ ਹੈਗਾ ਕਿ ਵਿਹਲੇ ਹੀ ਰਹਿੰਦੇ ਨੇ ਤੇ ਛਾਪਰ ਦਾ ਜਿਹੜਾ ਉਹਨਾਂ ਖਰਚਾ ਬਚਾਇਆ ਹਾਂ ਬੀ ਉਹ ਖਰਚੇ ਦੀ ਬਚਤ ਹੋ ਜਾਵੇ ਤੇ ਮੈਂ ਹੱਥ ਨਾਲ ਗੋਡੀ ਕਰ ਲਵਾਂ ਵੈਸੇ ਗੋਡੀ ਕਰਨ ਦਾ ਫਾਇ ਸ਼ਾਪਰ ਦਾ ਵੀ ਫਾਇਦਾ ਹੁੰਦਾ ਹੈ ਲੇਕਿਨ ਜਦੋਂ ਤੁਸੀਂ ਗੋਡੀ ਕਰਦੇ ਜੇ ਜ਼ਮੀਨ ਦੀ ਜਿਹੜੀ ਜ਼ਰਖੇ ਸੀ ਉਹ ਵਾਦੀ तो फ़सल है जीडी वो चंगी हो जाती तो नाजरीन ये थे मोहम्मद इसाख इन्होंने हमें कद्दू की काश्तकारी के हवाले से बड़ी इन्फॉर्मेटिव बातें बताई उम्मीद करते हैं आपको हमारी ये आज की वीडियो अच्छी लगी होगी लेकिन अगर आपको कद्दू की फार्मिंग के हवाले से कोई इन्फॉर्मेशन चाहिए हो तो डिस्क्रिप्शन के अंदर अगर इसाख साहब का नंबर दिया हुआ है आप इनसे रबता करके इन्फॉर्मेशन ले सकते हैं जीत तो नाजरीन मिलते हैं नेक्स्ट वीडियो में तब तक के लिए अल्लाह हाफिज़